अलैकुम। वालेकुम अस्सलाम। हाँ जी, अपना नाम? नाम शहजाद दादली। हाँ जी, चलो एक अदा सानू शेर या रैप जो भी सानू आंदा सानू सुनाओ। शेर सुनो जी। हर शख्स का जीना अजीब होता है, वाह। जिंदगी और मौत का रिश्ता करीब होता है, कहाँ मिलता है शादी के बाद सकूं यारो, ये तो अपना अपना नसीब होता है। वाह यार भाई, वाह। जिन नौजवानों की अभी शादी नहीं हुई, उनके लिए मशवरा है कि जिस गली से गुजरो बाखबर गुजरो, अपनी गली में कुत्ता भी चीज होता है। महबूब के मोहल्ले में ऐ दोस्त, कोई ना कोई बदतमीज जरूर होता है। अरे आशिक को मोहब्बत में ना मारो ताने, आशिक दिल का मरीज होता है। अच्छा राणा साहब, कोई शेर कोई भी एक सुनाना चाहो तो शेर सुना सकते हैं जनाब। चलो शेर सुना दो एक। शेर पूरा शेर सुनाओ कोई। नहीं नहीं जनाब, अंडे वाली आइटम लो भाई, अंडे वाला मैं स्पेशल घेर के लै के आया तो भाई, अंडे बेचना। हाँ जी, स्पेशल थोड़े शो दे विच मैं क्या चार चंद लग जाएंगे, कूलर पर रखा के मैं बिठाया वा। चाहोगे ਕਿਹੜਾ ਜੀ? ਆ ਭਾਈ ਕਹਿਣ ਦੇ ਭਾਈ ਆਂਡੇ ਵਾਲਾ ਤੇ ਬੜੀ ਚੜ ਵਾਸਲ ਕੀਤੀ, ਆਂਡੇ ਵੇਚਦਾ ਮੈਂ। ਅੱਛਾ ਚਲੋ, ਲੈ ਲਾ ਭਾਈ ਸਾਡੇ ਕੋਲੋਂ ਆਂਡੇ ਆਂਡੇ, ਵਾਹ ਸਾਤੋਂ ਟੁਰਿਆ ਨਹੀਂ ਉਹ ਜਾਂਦਾ। ਲੈ ਲਾ ਭਾਈ ਸਾਡੇ ਕੋਲੋਂ ਆਂਡੇ ਆਂਡੇ, ਸਾਤੋਂ ਟੁਰਿਆ ਨਹੀਂ ਉਹ ਜਾਂਦਾ। ਆਂਡਾ ਮੇਰਾ ਆਲਾ ਤੇਰਾ ਲੱਥ ਜਾਊ ਪਾਲਾ, ਲੈ ਕੇ ਕਿਉਂ ਨਹੀਂ ਖਾਂਦਾ ਮੇਰੇ ਪਿਓ ਦਾ ਸਾਲਾ। ਆਂਡਾ ਮੇਰਾ ਆਲਾ ਤੇਰਾ ਲੱਥ ਜਾਊ ਪਾਲਾ, ਲੈ ਕੇ ਕਿਉਂ ਨਹੀਂ ਖਾਂਦਾ ਮੇਰਾ ਮਾਮੂ ਜਾਣ। ਚਾਲੀਆਂ ਤੇ ਦੋ ਕਰਾ ਲੈ, ਚਾਲੀਆਂ ਤੇ ਦੋ ਕਰਾ ਲੈ, ਉਹ ਭਾਵੇਂ ਪੂੜੀਆਂ ਚਾਰ ਤੂੰ ਲੈ ਲੈ, ਸਾਤੋਂ ਟੁਰਿਆ ਨਹੀਂ ਉਹ ਜਾਂਦਾ। ਲੈ ਲਾ ਭਾਈ ਸਾਡੇ ਕੋਲੋਂ ਆਂਡੇ ਆਂਡੇ, ਸਾਤੋਂ ਟੁਰਿਆ ਨਹੀਂ ਉਹ ਜਾਂਦਾ। ਮੁਰਗੀ ਦਿੰਦੀ ਕਿੱਲ ਕੇ ਮੈਂ ਦਿਨਾ ਛਿੱਲ ਕੇ ਆਂਡਾ 20 ਰੁਪਏ ਦਾ। ਇਹਨੇ ਨਾ ਏਅਰਪੋਰਟ ਤੇ ਕਾਲ ਕਰਤੀ, ਕਹਿੰਦਾ ਸਵੇਰ ਦੀ ਤੇ ਸ਼ਾਮ ਦੀ ਦੁਪਹਿਰ ਦੀ ਫਲਾਈਟ ਕਿੰਨੇ ਵਜੇ ਉੱਡਦੀ, ਕਹਿੰਦੇ ਤੁਸੀਂ ਕਿਤੇ ਜਾਣਾ, ਕਹਿੰਦਾ ਨਹੀਂ ਉੱਡਦੇ ਦੇਖਦਾ ਹੁੰਦਾ। ਮਿਸਤਰੀਆਂ ਨਾਲ ਕੰਮ ਤੇ ਜਾਂਦਾ ਸੀ, ਮਿਸਤਰੀ ਕਹਿੰਦਾ ਪੌਣਾ ਫੜਾ ਹੀ ਰੋਟੀ ਵਾਲਾ ਕੱਢ ਕੇ ਫੜਾ ਦਿੱਤਾ। ਲਿਆ ਭਾਈ ਸਹੀ ਨਹੀਂ ਹੈਗਾ, ਇਹ ਮੇਰੇ ਸਿਰ ਹੋ ਗਿਆ। ਆਹ ਭਾਈ ਵਾਰਾ ਨਹੀਂ ਖਾਂਦਾ ਹੈਗਾ। ਹਾਂਜੀ ਸਾਹ ਜੀ, ਕੋਈ ਹੋਰ ਆਈਟਮ? ਹਾਂਜੀ ਹੈਗੀ ਆ। ਹਾਂਜੀ ਚਲੋ ਹੋ ਜੀ। ਅੱਜ ਕੱਲ ਦਾ ਮਾਡਲ ਮੁੰਡਾ ਸੋਚਦਾ ਛੇਤੋ ਛੇਤੀ ਕਿਵੇਂ ਨਾ ਕਿਵੇਂ ਮੈਂ ਅਮੀਰ ਬਣ ਜਾਂ। ਅੱਜ ਕੱਲ ਦਾ ਮਾਡਲ ਮੁੰਡਾ ਸੋਚਦਾ ਛੇਤੋ ਛੇਤੀ ਕਿਵੇਂ ਨਾ ਕਿਵੇਂ ਮੈਂ ਅਮੀਰ ਬਣ ਜਾਂ। ਕੁੜੀ ਸ਼ੀਸ਼ੇ ਮੂਹਰੇ ਵਾਲ ਵਾਉਂਦੀ ਸੋਚਦੀ ਉਸ ਰਾਂਝੇ ਅਮੀਰ ਦੀ ਹੀਰ ਬਣ ਜਾਂ। ਮਾਂ ਸੋਚਦੀ ਔਲਾਦ ਹੁਣ ਜਵਾਨ ਹੋ ਗਈ, ਨੂੰ ਜੇ ਵਿਆਹ ਲਿਆਵਾਂ ਹੁਕਮ ਕਰਾਂ ਤੇ ਸੱਸ ਅਖੀਰ ਬਣ ਜਾਂ। ਪਿਓ ਕਹਿੰਦਾ ਖਸਮਾਂ ਨੂੰ ਖਾਣ ਬੱਚੇ, ਜੇ ਟਿਕਟ ਮਿਲੇ ਮੈਂ ਵਜ਼ੀਰ ਬਣ ਜਾਂ। ਇਸ ਨੋਟਾਂ ਦੇ ਵੋਟਾਂ ਦੇ ਦੌਰ ਅੰਦਰ ਕੌਣ ਸੋਚਦਾ ਕਿ ਮੈਂ ਫਕੀਰ ਬਣ ਜਾਂ। ਇਹ ਬਹੁਤ ਵੱਡੀਆਂ ਗੱਲਾਂ ਵਾ ਤੇ ਮੇਰੀ ਸੋਚ ਤੋਂ ਪਰੇ ਆ, ਮੇਰੀ ਸੋਚ ਤੋਂ ਪਰੇ ਆ ਤੇ ਤੂੰ ਮੇਰੇ ਤੋਂ ਵੀ ਕਿੰਨਾ ਪਰੇ ਹੀ ਆ। ਅੱਛਾ, ਇਦਾਂ ਦੇ ਮਿਸਤਰੀ ਹੁੰਦੇ ਆ, ਸਾਡ ਦਿਹਾੜੀ ਕੰਧ ਬਣਾਉਂਦੇ ਰਹਿੰਦੇ ਆ, ਸ਼ਾਮ ਨੂੰ ਪੈਸੇ ਫੜਨ ਲੱਗਦੇ ਪਿੱਛੋਂ ਕੰਧ ਡਿੱਗ ਜਾਂਦੀ ਆ। ਯਾਰ ਆ ਬੰਦਾ ਹੀ ਮੇਰੇ ਸੇਰੀ ਵਾਲਾ। ਕੀ ਗੱਲ ਆ ਜੀ, ਛੱਡ ਦੋ, ਮੇਰੇ ਹੱਥ 'ਚ ਹੁੰਦਾ ਨਹੀਂ, ਮੈਂ ਫੜਨਾ। ਅੱਛਾ, ਇੱਕ ਜਗ੍ਹਾ ਨਾ ਡਕੈਤੀ ਕਰਨ ਗਿਆ, ਧੁੰਦ ਭੜੀ ਸੀਗੀ। ਅੱਛਾ, ਤੇ ਇਹਨੇ ਇੱਕ ਗੱਡੀ ਰੋਕੀ ਤਾਂ 6 ਮਹੀਨਿਆਂ ਬਾਅਦ ਵਾਪਸ ਆਇਆ। ਉਹ ਕਿਉਂ? ਉਹ ਪੁਲਿਸ ਵਾਲੀ ਰੋਕ ਲਈ ਸੀ। ਬਸ ਯਾਰ ਆ ਕੀ ਆ ਯਾਰ, ਤੈਨੂੰ ਕੋਈ ਸ਼ੇਅਰ ਆਉਂਦਾ? ਹਾਂ।
ਮੈਨੂੰ ਗਿੱਦੜ ਆਂਦਾ ਪੱਥਰ ਨੂੰ ਥੱਲੋਂ ਨਾ ਜਿੰਨ ਨਿਕਲਦਾ ਕਹਿੰਦਾ ਤੁਸੀਂ ਮੈਨੂੰ ਯਾਦ ਕੀਤਾ ਤੁਹਾਡੇ ਕੱਲੇ ਕੱਲੇ ਦੀ ਖਵਾਇਸ਼ ਪੂਰੀ ਕਰ ਸਕਦਾ ਇੱਕ ਕਹਿੰਦਾ ਮੈਨੂੰ ਚਿੱਟਾ ਕਰ ਉਹਦੇ ਹੱਥ ਫੇਰਦਾ ਚਿੱਟਾ ਕਰਦਾ ਦੂਸਰਾ ਕਹਿੰਦਾ ਤੇਰੀ ਕੀ ਖਵਾਇਸ਼ ਆ ਕਹਿੰਦਾ ਮੈਨੂੰ ਵੀ ਚਿੱਟਾ ਕਰ ਉਹਨੂੰ ਵੀ ਚਿੱਟਾ ਕਰ ਦਿੰਦਾ ਤੀਸਰੇ ਨੂੰ ਕਹਿੰਦਾ ਤੇਰੀ ਕੀ ਖਵਾਇਸ਼ ਆ ਕਹਿੰਦਾ ਇਹਨੂੰ ਫਿਰ ਕਾਲਾ ਕਰ।